ਹੈਲੋ ਵੈਲਕਮ ਟੂ ਆਲ ਇਨ ਟੂ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਵੈਰੀ ਵੈਰੀ ਇੰਪੋਰਟੈਂਟ ਲਾਰਜ 6 ਮਾਰਕਸ ਕੁਐਸਚਨ ਜਿਹੜੇ ਨੇ ਮੈਂ ਤੁਹਾਨੂੰ ਕੁਝ ਦੱਸਣ ਜਾ ਰਿਹਾ ਵਾਂ ਮੈਂ ਫਿਰ ਇਹ ਦੁਹਰਾਣਾ ਵਾਂ ਬਈ ਤੁਸੀਂ ਇਹਦੇ ਨਾਲ ਨਾਲ ਹੋਰ ਕੁਐਸਚਨ ਵੀ ਜਰੂਰ ਯਾਦ ਕਰਨੇ ਨੇ ਮੇਰੇ ਪੁਆਇੰਟ ਆਫ View ਤੋਂ ਇਹ ਕੁਐਸਚਨ ਇੰਪੋਰਟੈਂਟ ਨੇ ਐਗਜ਼ਾਮੀਨਰ ਦਾ ਪੁਆਇੰਟ ਆਫ View ਤੋਂ ਇੰਪੋਰਟੈਂਟ ਨੇ ਜਾਂ ਨਹੀਂ ਮੈਨੂੰ ਨਹੀਂ ਪਤਾ ਠੀਕ ਹੈ ਸੋ ਇਸ ਕਰਕੇ ਇਹ ਪ੍ਰਸ਼ਨ 6 ਨੰਬਰ ਵਾਲੇ ਪ੍ਰਸ਼ਨ ਤੁਸੀਂ ਜ਼ਰੂਰ ਪੜ੍ਹ ਕੇ ਜਾਣਾ ਆਓ ਦੇਖੀਏ ਜਿਹੜੇ ਕੁਐਸਚਨ ਮੈਂ ਦੱਸਣ ਜਾ ਰਿਹਾ ਹਾਂ ਆਨਸਰ ਇਹਨਾਂ ਦੇ ਆਪਣੀਆਂ ਬੁੱਕਸ ਤੋਂ ਜਾਂ ਐਜੂਕੇਰ ਐਪ ਤੋਂ ਤੁਸੀਂ ਦੇਖ ਸਕਦੇ ਹੋ ਪਲੱਸ 2 ਪੋਲੀਟੀਕਲ ਸਾਇੰਸ ਐਨੂਅਲ ਐਗਜ਼ਾਮ ਵਾਸਤੇ ਜਿਹੜੇ ਇੰਪੋਰਟੈਂਟ ਗੈਸ ਕੁਐਸਚਨ ਜਨੇ ਮੇਰੇ ਉਹ ਇਹ ਨੇ ਬੇਟਾ ਪਲੱਸ 2 ਪੋਲੀਟੀਕਲ ਸਾਇੰਸ ਇੰਪੋਰਟੈਂਟ ਗੈਸ ਕੁਐਸਚਨ ਜਿਹੜੇ ਨੇ ਸਭ ਤੋਂ ਪਹਿਲੇ ਅ ਮਾਰਚ 2000 ਤੇਈ ਪ੍ਰੀਖਿਆ ਲਈ ਕੁਝ ਮਹੱਤਵਪੂਰਨ ਪ੍ਰਸ਼ਨ ਵਿਦਿਆਰਥੀ ਇਸ ਤੋਂ ਇਲਾਵਾ ਹੋਰ ਪ੍ਰਸ਼ਨ ਵੀ ਜ਼ਰੂਰ ਯਾਦ ਕਰਕੇ ਯਾਦ ਕਰਨਾ ਠੀਕ ਹੈ ਸੋ ਭਾਗ ਏ ਦੇ ਕੁਸ਼ਚਨ ਦੇਖ ਲਓ ਬੇਟਾ ਰਾਜਨੀਤੀ ਪ੍ਰਣਾਲੀ ਦੀ ਪਰਿਭਾਸ਼ਾ ਦਿਓ ਤੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ ਅਲਮੰਡ ਅਨਸਾਰ ਰਾਜਨੀਤਿਕ ਪ੍ਰਣਾਲੀ ਦੇ ਕਾਰਜਾਂ ਦੀ ਚਰਚਾ ਕਰੋ ਉਦਾਰਵਾਦ ਦੇ ਮੂਲ ਸਿਧਾਂਤਾਂ ਦੀ ਵਿਆਖਿਆ ਕਰੋ ਮਾਰਕਸਵਾਦੀ ਸਮਾਜਵਾਦ ਦੇ ਮੁੱਖ ਸਿਧਾਂਤਾਂ ਦਾ ਵਰਣਨ ਕਰੋ ਮਹਾਤਮਾ ਗਾਂਧੀ ਜੀ ਦੇ ਮੁੱਖ ਸਿਧਾਂਤਾਂ ਦਾ ਵਰਣਨ ਕਰੋ ਛੇਵਾਂ ਪ੍ਰਸ਼ਨ ਹੈਗਾ ਇਹ ਪਾਠ 'ਚ ਗਾਂਧੀ ਜੀ ਦੇ ਦਰਸ਼ ਰਾਜ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਨੌਕਰਸ਼ਾਹੀ ਦੀ ਪਰਿਭਾਸ਼ਾ ਕਰੋ ਤੇ ਲੋਕਤੰਤਰ ਵਿੱਚ ਇਸ ਦੀ ਵਿਸ਼ੇਸ਼ ਭੂਮਿਕਾ ਦੇ ਨਾਲ-ਨਾਲ ਇਸ ਦੇ ਮੁੱਖ ਕਮਾਂ ਦੀ ਵਿਚਾਰਨਾ ਵੀ ਦੱਸੋ ਅਠਵਾਂ ਆ ਲੋਕ ਲੋਕਮਤ ਦੀ ਸਾਰੀਅਤ ਅਤੇ ਪ੍ਰਗਟਾਵੇ ਦੇ ਸਾਧਨ ਰਾਜਨੀਤਿਕ ਦਲਾਂ ਦੀ ਪਰਿਭਾਸ਼ਾ ਦਿਓ ਲੋਕਤੰਤਰ ਵਿੱਚ ਰਾਜਨੀਤਿਕ ਦਲਾਂ ਦੇ ਕੋਈ ਚਾਰ ਕੰਮ ਲਿਖੋ ਦਬਾਅ ਸਮੂਹ ਦੀ ਕਾਰਜਵਿਧੀ ਦੇ ਢੰਗਾਂ ਦਾ ਵਰਣਨ ਕਰੋ ਠੀਕ ਹੈ ਜੀ ਇਹ 10 ਕੁਐਸਚਨ ਸੀਗੇ ਜਿਹੜੇ ਪਾਰਟ A ਵਿੱਚੋਂ ਤੁਹਾਨੂੰ ਦੱਸੇ ਨੇ ਇਸੇ ਤਰ੍ਹਾਂ ਬੇਟਾ ਪਾਰਟ B ਦੇ ਕੁਝ ਕੁਐਸਚਨ ਨੇ ਭਾਰਤੀ ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਲਿਖੋ ਭਾਰਤ ਭਾਰਤੀ ਦਲ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਲਿਖੋ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਰਣਨ ਕਰੋ ਫਿਰ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਅਤੇ ਕਾਰਜਕ੍ਰਮ ਦਾ ਵਰਣਨ ਕਰੋ ਨੈਕਸਟ ਆ ਕੁਐਸਚਨ ਜੀ ਭਾਰਤੀ ਚੂਨ ਯੋਗ ਦੇ ਛੇ ਕਾਰਜਾਂ ਦਾ ਵਰਣਨ ਕਰੋ ਛੇ ਕੰਮ ਉਹਦੇ ਦੱਸੋ ਭਾਰਤ ਵਿੱਚ ਰਾਸ਼ਟਰੀ ਏਕੀਕਰਨ ਦੇ ਰਸਤੇ ਚੌਵੜੀ ਰਕਾवटਾਂ ਦਾ ਵਰਣਨ ਕਰੋ ਵਿਦੇਸ਼ ਨੀਤੀ ਦਾ ਅਰਥ ਕੀ ਹੈ ਭਾਰਤੀ ਵਿਦੇਸ਼ ਨੀਤੀ ਦੇ ਮੁੱਖ ਨਿਰਧਾਰਕ ਤੱਤ ਦੀ ਆਖਿਆ ਕਰੋ ਭਾਰਤੀ ਵਿਦੇਸ਼ ਨੀਤੀ ਦੇ ਮੁੱਖ ਮੌਲਿਕ ਸਿਧਾਂਤਾਂ ਦੀ ਵਿਆਖਿਆ ਕਰੋ ਮੌਲਿਕ ਸਿਧਾਂਤ ਦੋ ਕੁਐਸਚਨ ਹੈ ਜੋ ਹੈ ਨਿਰਧਾਰਕ ਤੱਤ ਵੀ ਇੰਪੋਰਟੈਂਟ ਹੈ ਤੇ ਮੌਲਿਕ ਸਿਧਾਂਤ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੈ ਅ ਨੈਕਸਟ ਕੁਐਸਚਨ ਹੈ ਜੀ ਭਾਰਤੀ ਵਿਦੇਸ਼ ਨੀਤੀ ਭਾਰਤ ਦੀ ਵਿਦੇਸ਼ ਨੀਤੀ ਦੇ ਮੌਲਿਕ ਸਿਧਾਂਤਾਂ ਦਾ ਵਰਣਨ ਕਰੋ ਭਾਰਤ ਦੁਆਰਾ ਸੰਯੁਕਤ ਰਾਸ਼ਟਰ ਦੀ ਵਿੱਚ ਭੂਮਿਕਾ ਦਾ ਵਰਣਨ ਕਰੋ ਭਾਰਤ ਦੀ ਸੰਯੁਕਤ ਰਾਸ਼ਟਰ ਵਿੱਚ ਭੂਮਿਕਾ ਜਿਹੜੀ ਹੈ ਉਹਦਾ ਵਰਣਨ ਕਰੋ ਦੋ ਕੁਐਸਚਨ ਹੋਰ ਨੇ ਜੀ ਭਾਰਤ ਪਾਕਿਸਤਾਨ ਵਿੱਚ ਤਣਾਅ ਦੇ 6 ਕਾਰਨ ਲਿਖੋ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਸੰਬੰਧੀ ਉਠਾਏ ਗਏ 6 ਕਦਮਾਂ ਦਾ ਵਰਣਨ ਕਰੋ ਸੋ ਪਿਆਰੇ ਵਿਦਿਆਰਥੀਓ ਮੈਂ ਕੋਸ਼ਿਸ਼ ਕੀਤੀ ਆ ਬਹੁਤ ਸਾਰੇ ਇੰਪੋਰਟੈਂਟ ਕੁਐਸਚਨ ਤੁਹਾਨੂੰ ਦੱਸਣ ਦੀ 22 ਕੁਐਸਚਨ ਨੇ 10 ਏ ਪਾਰਟ ਚੋਂ 12 ਬੀ ਪਾਰਟ ਚੋਂ ਸੋ ਕੋਸ਼ਿਸ਼ ਆਪਾਂ ਕਰਨੀ ਹੈ ਵੀ ਸਾਰੇ ਬੱਚੇ ਜਿਹੜੇ ਨੇ ਇਸ ਪ੍ਰਸ਼ਨ ਨੂੰ ਜਰੂਰ ਹੱਲ ਕਰਨ ਠੀਕ ਹੈ ਜੀ ਸੋ ਵੀਲ ਡੂ ਆਵਰ ਬੈਸਟ ਤੋਂ ਕਿਵੇਂ ਪਹਿਲੇ ਕੋਟਾ 811 ਲਾਰਜ 6 ਨੰਬਰ ਵਾਲੇ ਪ੍ਰਸ਼ਨ ਤੁਹਾਨੂੰ ਡਿਸਕਸ ਕੀਤੇ ਨੇ ਬਾਕੀ ਤੁਸੀਂ ਮੇਰੇ ਚੈਨਲ ਨੂੰ ਲਗਾਤਾਰ ਦੇਖਦੇ ਰਹੋ ਤੇ ਨਾਲ-ਨਾਲ ਪਲੱਸ 1 ਨੂੰ ਪਲੱਸ 2 ਬੀਏ ਕਲਾਸਸ ਗੁਰੂਗਰਾਉਂਡ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੇ ਪੀਯੂ ਦੇ ਵਿਦਿਆਰਥੀ ਮੇਰੀ ਲਾਈਵ ਕਲਾਸ ਲਾ ਰਹੇ ਨੇ ਤੁਸੀਂ ਵੀ ਲਾਓ ਮੇਰੇ ਦੋ ਚੈਨਲ ਨੇ ਕਨਸੈਪਟ ਗੁਰੂ ਏਕੇ ਤੇ ਕੈਰੀਅਰ ਗੁਰੂ ਏਕੇ ਦੋਵਾਂ ਨੂੰ ਸਬਸਕ੍ਰਾਈਬ ਜਰੂਰ ਕਰਾਓ ਥੈਂਕ ਯੂ ਥੈਂਕ ਯੂ ਵੈਰੀ ਮਚ